ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਤਾਸ਼ ਟਰਬਨ ਸੈਂਟਰ ਦੇ ਵਿੱਚ। ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ ਪੱਗ ਦੇ ਵਿੱਚ ਐਨਕ ਕਿਵੇਂ ਲਗਾ ਸਕਦੇ ਹਾਂ। ਸੋ ਮੈਨੇ ਵੱਟਾਂ ਵਾਲੀ ਪੱਗ ਬੰਨ੍ਹੀ ਹੋਈ ਹੈ ਜੀ, ਇੱਕ ਸਾਈਡ ਆਪਾਂ ਬਾਜ਼ ਨਾਲ ਥੋੜ੍ਹਾ ਜਿਹਾ ਸੈੱਟ ਕਰ ਲਾਂਗੇ, ਕਰ ਲਿਆ ਜੀ। ਹੁਣ ਦੂਜੀ ਸਾਈਡ ਆਪਾਂ ਕਿਵੇਂ ਕਰਨਾ ਆ, ਤੁਸੀਂ ਇਹ ਚੀਜ਼ ਬਹੁਤ ਨੋਟ ਕਰ ਲਿਓ, ਬਿਲਕੁਲ ਹਲਕਾ ਜਿਹਾ ਪੁਆਇੰਟ ਹੈ ਅਤੇ ਨੀਚੇ ਨਹੀਂ ਲਗਾਉਣਾ ਆਪਾਂ ਨੇ, ਪਹਿਲੀ ਗੱਲ ਹੈ ਨਾ। ਦੂਜੇ ਲੜ 'ਚ ਆਪਾਂ ਉਹਦੇ ਬਾਜ਼ ਨਾਲ ਸੈਟਿੰਗ ਜੀ ਕਰਦੇ ਹੋਏ ਬਾਜ਼ ਨੂੰ ਉੱਥੇ ਅੜਾ ਲਿਓ ਪਹਿਲਾਂ। ਬਾਜ਼ ਨੂੰ ਜਦੋਂ ਪਹਿਲਾਂ ਆਪਾਂ ਅੜਾ ਲਿਆ, ਫਿਰ ਆਪਾਂ ਐਨਕ ਪਾਵਾਂਗੇ ਜੀ। ਐਨਕ ਦੀ ਡੰਡੀ ਬਰੀਕ ਹੋਣੀ ਚਾਹੀਦੀ ਆ, ਉਹ ਮੋੜ ਮੁੜ ਸਕਦੇ ਹਾਂ ਆਪਾਂ, ਹੈ ਨਾ। ਉਹ ਵਾਲੀ ਐਨਕ ਹੋਣੀ ਚਾਹੀਦੀ ਹੈ ਅਤੇ ਦੇਖ ਸਕਦੇ ਹੋ ਮੈਂ ਦੂਜੇ ਪੱਲੇ ਦੇ ਵਿੱਚ ਐਨਕ ਅੜਾਈ ਹੈ। ਆਪਾਂ ਬਾਜ਼ ਕੱਢ ਲਿਆ ਬਾਹਰ, ਸੋ ਆਪਾਂ ਦੇਖ ਸਕਦੇ ਹਾਂ ਆਪਾਂ ਐਨਕ ਲਗਾ ਲਈ ਜੀ। ਆਪਣਾ ਲੜ ਵੀ ਨਹੀਂ ਚੱਕਿਆ ਗਿਆ, ਜਿਹੜਾ ਮੇਨ ਪੁਆਇੰਟ ਹੈ ਕਿ ਆਪਣਾ ਲੜ ਚੱਕਿਆ ਜਾਂਦਾ ਹੈ ਉਹ ਨਹੀਂ ਚੱਕਿਆ ਗਿਆ, ਕਿਉਂਕਿ ਆਪਣਾ ਉਹ ਜਿਹੜੀ ਐਨਕ ਹੈਗੀ ਆ ਉਹਦੀ ਡੰਡੀ ਨਾ ਮੁੜ ਸਕਦੀ ਆ, ਪਤਲੀ ਡੰਡੀ ਹੈਗੀ ਆ। ਅਤੇ ਆਪਾਂ ਇੱਧਰੋਂ ਦੂਜੇ ਲੜ ਦੇ ਵਿੱਚ ਐਨਕ ਪਾਈ ਹੈ ਜੀ, ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਹੋਰ ਜਾਣਕਾਰੀ ਵਾਸਤੇ ਸਾਨੂੰ ਤਾਸ਼ ਟਰਬਨ ਸੈਂਟਰ ਨੂੰ ਜ਼ਰੂਰ ਫੋਲੋ ਕਰੋ। ਧੰਨਵਾਦ।